ਉਹ ਸਾਹਮਣੇ ਬਾਈ ਕੰਡਾ ਚੱਲਦਾ ਆ ਢੇਰੀ ਪਈ ਪ੍ਰਧਾਨ ਦੀ ਪ੍ਰਧਾਨ ਦਾ ਗੋਲ ਕਰਾਈ ਪਈ ਹੈ ਹੋਰ ਕਿਆ ਪੱਖਾ ਲਵਾ ਲਿਆ ਹਾਂ ਕਰ ਲੱਗਿਆ ਕੱਲ ਅੱਛਾ ਪੱਖਾ ਲਵਾ ਲਿਆ ਸਵੇਰੇ ਲੱਗਿਆ ਅੱਜ ਹੁਣ ਤਿਆਰੀ ਇਹਦੀ ਹਾਂ ਤਿਆਰੀ ਆ ਹੁਣ ਦੂਜੀ ਢੇਰੀ ਕਿਹੜੀ ਹੈ ਦੂਜੀ ਢੇਰੀ ਉਹ ਪਈ ਆ ਉਹ ਪੱਖੇ ਦੇ ਨਾਲੇ ਹਾਂ ਇਹ ਕਹਿੰਦਾ ਡੀਕੇ ਨਹੀਂ ਕਹਿੰਦਾ ਫਟ ਕੇ ਲੱਗਿਆ ਮੈਂ ਮੋਟਰਸਾਈਕਲ ਡੀਕੇ ਕਰਦੇ ਫਟ ਕੇ ਚੱਕ ਲਈ ਗੱਡੀ ਵਾਲਾ ਉਹੀ ਕੰਮ ਹੋਇਆ ਵੇ ਜਰ ਲੱਗੀ ਪਈ ਆ ਪ੍ਰਧਾਨ ਹੁਣ ਆਰਤੀ ਨੇ ਗੁਲੂਕੋਸ ਲੱਗ ਗਏ ਸਰਪੰਚ ਸਾਈਕਲ ਬੜਾ ਵੋਟ ਪਾ ਦਿਓ ਠੀਕ ਹੈ ਤਾਂ ਮੋਟਰਸਾਈਕਲ ਦਵਾ ਦੂੰਗਾ ਮੈਨੂੰ ਪੂਰੀ ਗੱਲ ਸੁਣ ਲਾ ਧੀਰੇ ਬਾਈ ਪੂਰੀ ਨੂੰ ਸਾਈਕਲ ਭੇਜ ਦੇ ਤੂੰ ਮੋਟਰਸਾਈਕਲ ਤੇਰੇ ਬਰਾਬਰ ਪਹੁੰਚ ਜਾਣਾ ਰੋਪੜ ਦੱਸ ਕਿੱਥੇ ਫੈਸਲੇ ਚ ਜਾਣਾ ਜੇ ਹਾਈ ਕੋਰਟ ਮਾ ਜਾਣਾ ਪੈਗਾ ਚੰਡੀਗੜ੍ਹ ਫੇਰ ਔਖਾ ਫੇਰ ਚੱਕਾ ਖੋਲ ਸਕਦਾ ਰਸਤੇ ਚ ਫੇਰ ਰੂਟ ਜ਼ਿਆਦਾ ਲੰਬਾ ਹੋ ਜਾਣਾ ਐ ਹੋਲੇ ਲਓ ਜੀ ਬਾਈ ਪ੍ਰਧਾਨ ਬਾਈ ਪਾਏ ਮੰਡੀ ਚ ਪ੍ਰਧਾਨ ਮਾੜਾ ਹੋ ਗਿਆ ਮੰਡੀ ਚ ਰਹਿ ਕੇ ਕਿੰਨੇ ਦਿਨ ਹੋ ਗਏ ਕਾਦੀ ਸਾਰਿਆਂ ਨੂੰ ਬਾਈ ਸੱਚ ਲੱਗਦਾ ਮੇਰੇ ਭੋਗ ਤੇ ਆਉਂਗਾ ਤੂੰ ਬਾਈ ਕਿੰਨੇ ਦਿਨ ਹੋ ਗਏ 6 ਦਿਨ ਹੋ ਗਏ ਬੱਲੇ ਬੱਲੇ ਹੋ ਜੂ ਅੱਜ ਹੱਲ ਹੱਲ ਹੋਇਆ ਵੇ 26 ਦਾ ਹੋ ਗਿਆ 26 ਦਾ ਹੋ ਗਿਆ ਜੀ ਹਾਂ ਬਾਕੀ ਬੀਜਾਂ ਦਾ ਹਾਈਬ੍ਰਿਡ ਦਾ ਨਹੀਂ ਹੋਇਆ ਹਾਈਬ੍ਰਿਡ ਨੂੰ ਕਹ ਕਹਿੰਦੇ ਪਤਾ ਨਹੀਂ ਹੁਣ 4 ਵਜੇ ਫੇਰ ਆਊਗਾ 4 ਵਜੇ ਆ ਗਿਆ ਨਹੀਂ ਤੁਸੀਂ ਦੱਸੋ ਇਹਨਾਂ ਦੀ 26 ਦਾ ਹਾਈਬ੍ਰਿਡ ਬਾਰੇ ਪਛਾਣੋ ਨਾ ਹਾਂ ਇੰਨਾ ਦੇ ਤੇਰੇ ਵਰਗੇ ਸੋਣੋ ਸਾਰੇ ਖੇਤੀਬਾੜੀ ਇੰਸਪੈਕਟਰ ਆ ਉਹ ਬਾਈ ਸਾਹਮਣੇ ਬੋਲੀ ਹੋ ਰਹੀ ਆ ਉਹ ਖੜੇ ਬੰਦੇ ਦੇਖੋ ਲੱਗੇ ਪਏ ਬਾਈ ਆਪਣੇ ਵਾਲੇ 26 ਆਪਣੀ ਵਾਰ ਹੋ ਜੂਗਾ ਜੀ ਹਾਂ ਆਪਣੇ 26 ਵਾਰ ਹੋ ਜੂਗਾ 34 34 ਨੂੰ ਮੈਂ 4 ਵਜੇ ਆਉਂਗਾ ਬਾਈ ਮਾਲੇ ਬਹੁਤ ਪਿਆ ਹੈ ਪਰ ਰੋਟੀ ਰੋਟੀ ਦੇਣ ਦਾ ਆੜਤੀ ਰੋਟੀ ਦੇਣ ਦਾ ਆੜਤੀ ਉਹ ਦੇ ਦਿੰਦਾ ਆ ਲੋ ਜੀ ਵੀ ਢੇਰੀਆਂ ਦੇਖੋ ਕਿਹੜੇ ਹਿਸਾਬ ਨਾਲ ਪਈਆਂ ਵੀ ਪਰ ਤੁਹਾਨੂੰ ਪੱਖੇ ਤਾਂ ਲੱਗ ਲੈਦੇ ਆ ਕਿ ਨਾ ਪੱਖੇ ਸਾਰੇ ਨੂੰ ਲੱਗੇ ਵੇ ਕੀ ਕਹਿੰਦੇ ਸਿਸਟਮ ਹੁਣ ਭਰ ਦਾਂਗੇ ਭਰਨਗੇ ਹਾਂ ਤੁਹਾਡਾ ਬੰਦਾ ਕਿੱਥੇ ਸਾਡਾ ਉੱਧਰ ਬੰਦਾ ਕੋਈ ਜਾਂਦਾ 11 ਹਾਂ 11 ਤਰੀਕ ਨੂੰ ਬਣਾਉਣਾ ਇੱਕ ਹਾਂ ਨਾ ਜਮੀਰ ਭਾਈ ਜਮੀਰ ਭਾਈ ਜਮੀਰ ਉਹ ਦਰਖਤਾਂ ਦੇ ਬੈਠਾ ਹਾਂ ਦਰਖਤਾਂ ਨੇ ਘੇਰਤਾ ਪ੍ਰਧਾਨ ਜੀ ਨੇ ਹਾਂ ਪ੍ਰਧਾਨ ਜੀ ਗਏ ਮੰਡ ਨੂੰ ਪਤਾ ਨੀ ਇਹਨੇ ਦਿਮਾਗ ਚ ਕਿਆ ਆਇਆ ਮੋਟਰਸਾਈਕਲ ਘੇਰਤਾ ਚੱਲਦਾ ਚੱਲਦਾ ਕਿਆ ਕਹਿੰਦਾ ਭੂਤ ਲੈ ਭੂਤ ਨਹੀਂ ਜੀ ਮੈਂ ਬੰਦਾ ਲੈ ਕੇ ਆਉਣ ਲੱਗਿਆ ਰਾ ਤੁਹਾਡੇ ਕੋਲ ਲੈ ਉਹ ਮੇਰੇ ਪਰੇ ਅਸਰ ਹੋ ਗਿਆ ਹਾਂ ਮੈਂ ਬਿਠਾ ਕੇ ਪ੍ਰਧਾਨ ਜੀ ਤੇਰੀ ਕੋਲ ਲੈ ਕੇ ਖੜਾਉਣਾ ਉਹ ਮਰਜ਼ੀ ਆ ਤੇਰੀ ਭਾਈ ਪ੍ਰਧਾਨ ਮੈਨੂੰ ਕੁਝ ਨਹੀਂ ਕਹਿੰਦਾ ਹੈਗਾ ਜੀ ਵਿਕਦੀ ਉਹ ਤੂੰ ਲਿਆ ਜੇ ਬੰਦਾ ਹੈ ਕੋਈ ਪਰ ਐਤਕੀ ਵਰਗੀ ਨਹੀਂ ਉਹਨੇ ਕਦੇ ਵੀ ਹੋਈ ਐਤਕੀ ਵਰਗੀ ਨਹੀਂ ਹੋਈ ਹੈਗੀ ਇਹ ਜੀ ਹੁਣ ਵੀ ਅੱਗੇ ਪਤਾ ਨਹੀਂ ਕਿਆ ਕਿਆ ਹੋਣਾ ਪ੍ਰਧਾਨ ਇਹ ਜਿਹੜੇ ਹੁਣ ਮੰਗਾ ਮੁੰਗਾ ਜੀ ਪੂਰੀਆਂ ਹੋ ਗਏ ਕਿ ਨਹੀਂ ਹਾਂ ਹੋਈਆਂ ਵੀ ਬਾਈ ਆ ਲੇਬਰ ਦੀ ਗੱਲ ਕਰ ਦਿੰਦਾ ਪ੍ਰਧਾਨ ਵੀ 50 ਜਾਣੇ ਬੈਠੇ ਆ ਮੇਰੇ 10 ਲੀਟਰ ਦੀ ਡੇਲੀ ਪੀ ਗਏ ਚਾਹ ਸੀ ਉਹ ਵੀ ਛੋਟੇ ਕੱਪਾਂ ਭਾਈ ਤੁਹਾਨੂੰ ਮਿਲ ਜਾਂਦੀ ਹੈ ਇੱਧਰ ਆ ਚਾਹ ਉਹ ਬੰਦਾ ਸਪੈਸ਼ਲ ਰੱਖਿਆ ਵੈਨ ਨੂੰ ਮਸ਼ੀਨ ਨਹੀਂ ਚੱਲਦੀ ਹੈਗੀ
ਮਸ਼ੀਨ ਵਾਲੇ ਨਹੀਂ ਹੁਣ ਪੀਂਦੇ, ਮਸ਼ੀਨ ਵਾਲੀ ਸਵਾਦ ਨਹੀਂ ਹੁੰਦੀ। ਹਾਂ ਉਹ ਦੂਈ ਰੱਖੀ ਵੀ ਨਾ ਨੇ ਹੁਣ ਕਿਹੜੀ ਬੰਦਾ ਰੱਖਿਆ ਬਣਾਉਣੇ ਵਾਲਾ। ਅੱਛਾ ਸੁੱਕੀ ਪੜਾ ਕੇ ਮੜੀ ਹਵਾ ਤਾਂ ਲਾਉਂਦੇ ਹੋਗੇ ਬਾਈ, ਵਿਕਣੀ ਸੁੱਕੀ ਆ, ਵਿਕਣੀ ਸੁੱਕੀ। ਕਿੰਨੇ ਮੀਟਰ ਆ ਗਿਆ ਮੈਸੇਜ ਆ ਗਏ ਇਹਨਾਂ ਨੂੰ ਆੜਤੀਆਂ ਨੂੰ? ਹਾਂ 16 ਮੋਚਰ 16 ਚਾਹੀਦਾ, 16 ਦੇ ਉੱਪਰ ਨਹੀਂ ਲੈਣਾ ਇਹਨਾਂ ਨੇ ਸਾਰਿਆਂ ਨੂੰ। ਇਹ ਵੀ ਦੋ ਦਿਨ ਜੇ 16 ਦੇ ਉੱਪਰ ਆ ਕੇ ਘਰ ਫੋਲੋ। ਹਾਂ ਬੀਜੇ ਨਾ ਕੱਢਦੇ ਫਿਰ ਰੌਣਕ ਬਹੁਤ ਆ ਮੰਡੀ ਚ ਹੁਣ। ਪ੍ਰਧਾਨ ਰੌਣਕ ਹੋਈ ਆ ਅੱਜ ਦਾ ਪ੍ਰਧਾਨ ਜੀ ਆਪਣੇ ਪਿੰਡ ਤੇ ਵੀ ਬਿੰਦਰ ਬਾਈ, ਜੇਲਾ ਬਾਈ, ਰਾਜਾ ਬਾਈ ਬਹੁਤ ਜਣ ਟਰਾਲੀਆਂ ਗਈਆਂ ਸੱਜੇ ਖੱਬੇ ਲੰਘੇ ਭਾਈ ਚਮਕੌਰ ਗਏ ਅੱਧੇ ਕ। ਬਾਕੀ ਬਿੰਦਰ ਨਾਲ ਹੀ ਉਰੇ ਨੇ ਆਏ? ਬਿੰਦਰ ਨਾਲ ਹੀ ਨਹੀਂ ਉਰੇ, ਉਹ ਕਿੱਥੇ ਜਾਂਦੇ? ਸ਼ਾਇਦ ਤਰਾਲੀ ਹੋਏ ਆਪਣਾ ਆਪਣਾ ਆੜਤੀ ਸਾਡੀ ਤਾਂ ਹੁਣ ਕਿੰਨੇ ਕੁ ਸਾਲ। ਪ੍ਰਧਾਨ ਤੇਰਾ ਆੜਤੀ ਹੁਣ ਕਿਆ ਕਹਿੰਦਾ, ਕਰੰਟ ਹੈ ਨਹੀਂ ਆੜਤੀ ਚ? ਕਰੰਟ ਕੱਲ੍ਹ ਤੋਂ ਬਾਅਦ ਫੜੂਗਾ, ਹਾਲੇ ਡਾਊਨ ਹੈ, ਹਾਲੇ ਡਾਊਨ ਆ। ਬਾਕੀ ਦੇਖੋ ਪ੍ਰਧਾਨ ਇੱਕ ਦੇਖਿਆ ਮੈਂ, ਹੁਣ ਅਸੀਂ ਮੰਡੀ ਨੂੰ ਆਏ ਆ, ਖੁਸ਼ੀ ਹੋਏ ਕਰਦੀ ਸੀ ਬਾਈ, ਫਸਲ ਬਾੜੀ ਵੇਚੀ ਆ, ਜਲੇਬੀਆਂ ਲੈ ਕੇ ਜਾ ਕਰਦੇ, ਰਸਗੁੱਲੇ, ਹੁਣ ਸਾਡੀ ਸਾਲੀ ਜਲੇਬੀ ਬਣਾਤੀ, ਉਹੀ ਤਾਂ ਗੱਲ ਹੈ। ਆਹ ਢੇਰੀ ਕਿੱਥੇ ਪਈ ਆ? ਮੇਰੀ ਢੇਰੀ ਉਹ ਪਈ ਆ, ਇੱਕ ਢੇਰੀ ਉਹ, ਇੱਕ ਉਹ ਸਭ ਤੇ ਮੂਹਰੇ, ਹਾਂ ਉਹਦੇ ਟੱਕੀ ਪਈ ਆ, ਨਹੀਂ ਨਹੀਂ ਤੇ ਅੱਗੇ ਵਾਲੀ ਸਾਰੀ ਬਣਾਤੀ ਦੀ। ਹਾਂ ਸਾਰੀ ਜਿਹੜਿਆ ਭਾਈਆਂ ਨੇ ਪਿੱਛੇ ਪ੍ਰਧਾਨ, ਪ੍ਰਧਾਨ ਨੂੰ ਬਾਈ ਹਰੇਕ ਸਾਲ ਹੁਣ ਆਦਤ ਪੈ ਗਈ, 5-6 ਦਿਨ ਲੰਬੀ ਲਾਉਂਦਾ ਏ, ਉਹ ਗਾਹ ਨੂੰ ਛੱਡ ਪਾਵਾਂਗੇ, ਛੱਡਣੀ ਤਾਂ ਹੈ ਨਹੀਂ, ਕੱਚੀ ਲਾਉਣੀ ਨਹੀਂ, ਘਰੇ ਤਾਰ ਲੈ ਕਰਨੀ, ਘਰੇ ਤਾਰ ਲੈ ਕਰਨੀ। ਜੱਗਾ ਕਹਿੰਦਾ ਮੈਂ ਹੁਣ ਤਾਂ ਹੀ ਘਰ ਤਾਰ ਲਈ, ਕਹਿੰਦਾ ਹੁਣ ਯਾਰ ਵਿਹਲ ਹੋ ਗਿਆ ਜ਼ਿਆਦਾ ਆਉਣਾ, ਕਹਿੰਦਾ ਮੈਂ ਇੱਕ ਦੇਖ ਲਈ ਜਿਹੜੀ ਬੀਜੀ ਬੀਜੀ ਬਾਅਦ 'ਚ ਕੜਕੀਆਂ ਫਸਣੀਆਂ, ਫਰਕ ਪੈਣਾ ਫਰਕ ਪੱਕਾ, ਹਾਈਬ੍ਰਿਡ ਸਾਰੀ ਉਹ ਕਿਉਂਕਿ ਸੁੱਕਦੀ ਨਹੀਂ। ਅੱਜ ਟਰਾਲੀ ਆਈ ਆ, 2 ਮੋਚਰ ਆਇਆ, ਅਸ਼ਵੀਰ ਦੇ ਵੀ ਅੱਜ ਲੱਗੇ ਕੱਢਣ ਮਾਂਡੇ 'ਚ, ਬਾਕੀ ਪੱਖੇ ਵੀ ਵਿਚਾਰੇ ਖੜੇ ਥੱਕ ਗਏ, ਇਹ ਵੀ ਦੇ ਦਾਣਾ ਪਾਓ। ਇੱਕ ਗੱਲ ਆਈ ਹੁਣ, ਇੱਕੋ ਲੱਗਦੇ ਰੇਲਾ ਪੱਕਾ ਕਮੈਨਾ ਮਾਰੋ ਮਾਰ ਚੱਲਦੀਆਂ, ਉਹ ਕਹਿੰਦੇ ਟਰਾਲੇ ਵਿਹਲੇ ਕਰੋ,
ਆਪਣੇ ਆੜਤੀ ਹੈਗਾ ਤੁਹਾਡਾ ਮਿਲ ਲਿਆ ਪਛਾਣ ਲਿਆ ਤਾਂ ਰਿਸ਼ੀ ਪੂਰੀ ਨਾਲ ਵੀ ਆਹੀ ਆ ਪੂਰੀ ਨਾਲ ਆਹੀ ਪੂਰੀ ਦਿਖਾ ਜੀ ਕੰਡਾ ਲੱਗ ਗਿਆ ਭਾਈ ਰਿਸ਼ੀ ਕੋਲ ਉਹ ਲੱਤ ਕਿੱਧਰ ਆਈ ਜੀ ਦਾ ਫੜ ਪਿੱਛੇ ਸਾਹਮਣੇ ਉਹ ਦੇਖਾ ਜਾਂ ਉਹ ਕੰਡਾ ਵੀ ਚੱਲ ਪਿਆ ਚੱਲ ਭਰਾ ਇੱਧਰ ਨੂੰ ਗੇੜਾ ਮਾਰ ਕੇ ਜੀ ਆ ਦੇਖੋ ਭਾਈ ਜ਼ਿਮੀਂਦਾਰ ਆਪਣਾ ਟਰੈਕਟਰ ਪਾਉਂਦੇ ਪ੍ਰਧਾਨ ਉਹਦੇ ਪਿੱਛੇ ਚਲ ਖੋਲ ਦੇ ਕੇ ਮੈਂ ਆਰਤੀ ਦਾ ਲੈ ਨਾ ਆਪਣਾ ਜ਼ਿਮੀਂਦਾਰ ਦਾ ਇਕੱਠੀ ਗੱਲ ਲੱਗਿਆ ਹੋਣਾ ਆ ਦੇਖੋ ਭਾਈ ਐਂ ਢੇਰੀਆਂ ਢੱਕੀਆਂ ਪਈਆਂ ਐਂ ਪ੍ਰਧਾਨ ਜੀ ਕਣਾ ਤੁਸੀਂ ਛੇ ਦਿਨ ਦੇ ਆਏ ਕੇ ਕੋਈ ਬੰਦੇ ਪਹਿਲਾਂ ਵੀ ਆਏ ਉੱਥੇ ਬਾਈ ਜੀ ਬਾਈ ਤਰੀਕ ਦੇ ਬੰਦੇ ਆਏ ਬੰਦਾ ਬੰਦਾ ਉਹਨਾਂ ਦਾ ਫਿਰ 12 ਦਿਨ ਹੋ ਗਏ ਬੈਠਿਆਂ ਨੂੰ ਓਕੇ ਬਾਈ ਤਰੀਕ ਦੇ 8 10 12 15 ਦਿਨ ਹੋ ਗਏ ਬੈਠਿਆਂ ਨੂੰ ਬੰਦਾ ਤਾਂ 20 ਦਿਨ ਹੋ ਗਏ ਐ ਬੱਲੇ ਬੱਲੇ ਆਪਣੇ ਕਿਆ ਬਣੂਗਾ ਕੰਡੇ ਕਿੱਥੇ ਆਪਣੇ ਕਿਆ ਕਹਿੰਦਾ ਹੁਣ ਆਪਣਾ ਆਰਤੀ ਕੰਡਾ ਕਰ ਚੱਕਣਾ ਮੂਹਰਤ ਹੋਣਾ ਹੈ ਜ਼ਿਮੀਂਦਾਰ ਨਾ ਸਾਡੇ ਫੜ ਕੇ ਕਿਉਂਕਿ ਇਹਨਾਂ ਨੂੰ ਵਿਆਸ ਹੁੰਦੀ ਗਾਹ ਨੂੰ ਵੀ ਬੰਦਾ ਸਾਡੇ ਕੋਲ ਆਵੇ ਚੱਲ ਕੋਈ ਨੀ ਹੁਣ ਪ੍ਰਧਾਨ ਬਾਰਦਾਰ ਨਾ ਆਉਣ ਦੇ ਫਿਰ ਦੇਖਦੇ ਕਿਆ ਬਣਦਾ ਬੜੀ ਸਾਂਭੀ ਵੀ ਹੈ ਹਵਾ ਚੱਲ ਵੀ ਆਪਣੇ ਇਹਨਾਂ ਨੇ ਬਾਈ ਆਪਣਾ ਵੱਧਾ ਵਸਾਤਾ ਉਰੇ ਲਿਆ ਕੇ ਆ ਪ੍ਰਧਾਨ ਉਦਾਂ ਚੜਾਈ ਹੈ ਬੈਠਣੇ ਨੂੰ ਆਸੇ ਪਾਸੇ ਦੇ ਹੜ ਕੇ ਆ ਗਿਆ ਪਾਣੀ ਚ ਮੌਸਮ ਠੀਕ ਦਾ ਰਾਤ ਦੇਖੋ ਬਾਈ ਉਰੇ ਤੇ ਹਾਂ ਰੋਟੀ ਨਾ ਮਿਲੀ ਫਿਰ ਕੇ ਆਏ ਲਓ ਜੀ ਬਾਈ ਰੋਪੜ ਕਿਸਾਨ ਮੰਡੀ ਕਿਸਾਨਾਂ ਨੇ ਰੋਡ ਜਾਮ ਕਰਤੇ ਕਹਿੰਦੇ ਵੀ ਸਾਡਾ ਹੱਲ ਨੀ ਹੋਇਆ ਹਾਂ ਬਰਾ ਲਾਗ ਬਰ ਬੈਠੂਗਾ ਉੱਠਣਾ ਨੀ ਜਦ ਤੱਕ ਹੱਲ ਨੀ ਹੁੰਦਾ ਹੁਣ
ਲਓ ਜੀ ਬਾਈ ਸਾਰੇ ਵੀਰਾਂ ਦਾ ਯੋਗਦਾਨ। ਹਾਂਜੀ ਪ੍ਰਧਾਨ ਜੀ ਇੱਕ ਗੱਲ ਆਪਣੇ ਆਈ ਬਹੁਤ ਆੜਤੀ ਆ ਨਾਲ ਤੇ ਭਈਏ ਚੰਗੇ ਆ ਸਾਰੇ ਖੜੇ ਨਾਲ। ਹਾਂ ਬਾਈ ਅੱਧੇ ਆੜਤੀ ਨਹੀਂ ਆਏ ਅਸੀਂ ਜਾਮ ਕਰਨਾ ਉਹ ਕਰਨਾ ਉਹ ਕਰਨਾ ਢੇਰੀ ਪਈ ਹੈ ਹੁਣ ਮੀਟਿੰਗ ਚੱਲਦੀ ਜ਼ੋਰਾਂ ਤੇ। ਅਫਸਰ ਕਹੀ ਜਾਂਦੇ ਵੀ ਭਰਾਈ ਕਰੋ ਹੋ ਰਹੀ ਆ ਵਾਰਦਾਨਾ ਨਹੀਂ ਪ੍ਰਧਾਨ ਹਾਏ ਉਹ ਵਾਰਦਾਨਾ ਨਹੀਂ ਹੈਗਾ ਕਿਸਾਨ ਇਹੀ ਕਹਿੰਦੇ ਵੀ ਵਾਰਦਾਨਾ ਤਾਂ ਹੈ ਨਹੀਂ ਅਸੀਂ ਕਰੂੰਗੇ ਕਿਆ ਵਾਰਦਾਨੇ ਬਗੈਰ ਕਹਿੰਦੇ ਭਰਾਈ ਹੁੰਦੀ ਆ ਮਾਰ ਲਓ ਭਾਈ ਕਿਤੇ ਗੇੜਾ ਜੇ ਹੁੰਦੀ ਆ ਭਰਾਈ ਸੌਵਾਂ ਤੇ ਇੱਕ ਕੰਡਾ ਹੋਣਾ ਪ੍ਰਧਾਨ ਪ੍ਰਧਾਨ ਹੁਣ ਤੁਸੀਂ ਐਂ ਦੱਸੋ ਕੰਡਾ ਹੈ ਉਹ ਨਹੀਂ ਵੀ ਜਿਹੜੇ ਦੇਖਣ ਆਏ ਤੇ 10 ਢੇਰੀਆਂ ਮੈਂ ਤਾਂ ਕਿੰਨੀਆਂ ਪਾਸ ਕਰੀਆਂ ਉਹਨਾਂ ਨੇ ਮੈਨੂੰ ਉਮੀਦ ਆ ਵੀ 3 ਕਰੀਆਂ ਦਸ ਮਾਂ ਤੇ 3 ਕਰੀਆਂ ਹੁਣ ਜਿਹੜੇ ਬਾਕੀ ਆਏ ਪਏ ਉਹ ਕਿਆ ਕਰੂਗੇ ਬਾਕੀ ਪਹਿਲਾਂ ਦੇ ਆਏ ਜੇ ਅਗਲਾ ਤਾਂ ਹੀ ਰੋਂਦਾ ਬਾਈ ਜਾਂ ਕੋਈ ਹੱਲ ਨਹੀਂ ਹੁੰਦਾ ਹੈਗਾ ਬਾਕੀ ਅਫਸਰ ਆਏ ਤਾਂ ਪਏ ਬਾਈ ਦੇਖਦੇ ਜੇ ਹੱਲ ਹੋ ਜਾਵੇ ਕੋਈ ਜ਼ੋਰ ਬਹੁਤ ਆਇਆ ਅੱਜ ਹਾਂ ਪਰ ਇਹ ਕਮਲੇ ਹੋਰ ਗੱਲ ਹਾਂ ਜੀ ਇਹ ਸਾਰੀ ਉਹ 13 12 13 ਮੁੱਛੇ ਵਾਲੀ ਆ ਪੱਕੀ ਵੀ ਯਾਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਬੀਜ ਹੈ ਮਹਿੰਗੇ ਭਾਅ ਦੇ ਪਹਿਲਾਂ ਵੇਚੇ ਆ ਲਵਾਏ ਵੀ ਆ ਹੁਣ ਚੱਕ ਨਹੀਂ ਰਹੇ ਇਹ ਗੱਲ ਕਿਆ ਬਣੀ ਉਹਦਾ ਫਾਇਦਾ ਕਿਆ ਫਿਰ ਤਾਂ ਰਗੜਾ ਲਾਤਾ ਬੰਦੇ ਨੂੰ ਪ੍ਰਧਾਨ ਕਹਿੰਦਾ ਪਜਾਮੇ ਨੂੰ ਵਲ ਪੈ ਕੇ ਕਹਿੰਦਾ 6 ਦਿਨ ਹੋ ਗਏ ਕਿਆ ਕਰੀਏ ਪ੍ਰਧਾਨ ਪੈਸੇ ਵੀ ਖਤਮ ਹੋ ਗਏ ਪ੍ਰਧਾਨ ਨੇ ਵਿਚਾਰੇ ਨੇ ਪੈਸੇ ਕੱਢ ਕੇ ਲਾਏ ਕਹਿੰਦਾ ਪੈਸੇ ਵੀ ਖਤਮ ਹੋ ਗਏ ਹੋਏ ਗਏ ਹੁਣ ਜਾਂ ਪੈਸੇ ਭਈਆ ਨੂੰ ਭਈਏ ਮੰਗਦੇ ਕਹਿੰਦਾ ਦਊਂਗਾ ਤਾਂ ਜੇ ਵਿਕੂਗਾ ਕੁਛ ਹਾਂ ਬਾਈ ਕੈਸੇ ਹੋ ਕੰਮ ਇਹ ਵੀ ਖਰਾਬ ਆ ਬੋਲਦੇ ਨੀ ਹੈਗੇ ਇਹ ਵੀ ਗੱਲ ਤੇਰੀ ਠੀਕ ਹੈ ਬਈ ਪ੍ਰਧਾਨ ਦੀ ਬੱਸ ਹੋ ਗਈ ਇਸ ਵਾਰ ਤਾਂ ਬੱਸ ਤਾਂ ਹੁਣ ਭੁੱਖਿਆ ਕਰੀਏ ਸਭ ਦੀ ਹੋ ਆਪਣੇ ਅੱਗੇ ਹੁਣ ਐਡੀ ਜੀਰੀ ਲਾਇਕ ਆ ਨਹੀਂ ਹਾਂ ਤਨ ਗੰਨਾ ਦਾ ਯਾਰ ਕਿੱਲਾ ਹੋਰ ਘਟਾ ਕਿੱਲੇ ਦੇ ਵੀ ਜੁੱਤੀਆਂ ਪੈ ਗਈਆਂ ਗੰਨੇ ਦੇ ਕਦੇ ਗੰਨੇ ਦਾ ਵੀ ਇਹੀ ਕੰਮ ਹੋਣ ਲੱਗ ਜਾਣਾ ਗੰਨੇ ਦਾ ਵੀ ਹੋ ਜਾਣਾ ਚਲ ਇਸ ਵਾਰ ਦਾ ਗੰਨਾ ਵੀ ਅਸੀਂ ਜ਼ਿਆਦਾ ਲਾਇਆ ਵਾ ਕੁਛ ਗੰਨਾ ਦਾ ਵਿਕੂਗਾ ਇਸ ਵਾਰ ਤਾਂ ਗੰਨਾ ਤਾਂ ਵਿਕ ਜਾਣਾ ਆਪਣੇ ਮੋਟਰਸਾਈਕਲ ਹੈਗਾ ਆਪਣੇ ਵਾਲਾ ਪਹਿਲਾਂ ਤਾਂ ਗੇਅਰ ਤਾਂ ਕਿਤੇ ਚੱਕ ਤਾਂ ਨਹੀਂ ਹੋ ਗਿਆ ਦੇਖੀ ਫਿਰ ਠੀਕ ਹੈ ਪ੍ਰਧਾਨ ਨੂੰ ਹੁਣ ਗੰਨੇ ਲਾ ਦੇਣਾ ਸਾਰੇ ਪ੍ਰਧਾਨ ਗੰਨਾ ਹੀ ਲਾ ਦੇ ਹੁਣ ਟਰੈਕਟਰ ਦੋ ਦਿਨਾਂ ਨੱਢ ਗਿਆ ਲੈ ਸੌ ਮਾਂ ਤੇ ਬਾਈ 4 ਢੇਰੀਆਂ ਭਰ ਹੋਈਆਂ ਹੱਦ ਦੇਖ ਲਓ ਤੁਸੀਂ 100 ਤੇ ਵੀ ਜ਼ਿਆਦਾ ਹੀ ਹੈ ਬਾਕੀ ਤਾਂ ਹੀ ਸਾਰੇ ਰੋਂਦੇ ਆ ਵੀ ਬਈ ਸਾਡਾ ਵੀ ਹੱਲ ਕਰੋ ਮਸਲਾ ਹੈ ਇਹ ਭਰ ਵੀ ਨਹੀਂ ਹੋਣੀ ਚਾਹੀਦੀ ਹਾਂ ਅਸੀਂ ਵੀ ਬੈਠੇ ਆ ਅਸੀਂ 28 ਤਰੀਕ ਤੇ ਬੈਠੇ ਆ ਵੀ ਸਭ ਦਾ ਇਕੱਠਾ ਹੀ ਹੱਲ ਰੋਣਾ ਆਹੀ ਗੱਲ ਦਾ ਵੀ ਇੱਕ ਦੀ ਕਾਹਦੇ ਭਰ ਹੁੰਦੀ ਸਾਰੇ ਕਾਹਦੇ ਭਰ ਹੁੰਦੀ ਉਹ ਵੀ ਗੱਲ ਤੇਰੀ ਠੀਕ ਆ ਇਹਦਾ ਮਤਲਬ ਜਿਹਦੀ ਚੱਲਦੀ ਉਹ ਭਰਾ ਰਿਹਾ ਬਾਕੀ ਬੈਠੇ ਆ ਉਹ ਤਾਂ ਤੇਰੀ ਗੱਲ ਹੁਣ ਆਹੀ ਕੰਡੇ ਚੱਲ ਰਹੇ ਇੱਕ ਲੋਕ ਬਾਕੀ ਸਾਰੇ ਬੰਦ ਆ ਦੇਖ ਲੈ ਮਾਰਨਾ ਢੇਰੀ ਦਿਖਾ ਦੇ ਲੈ ਕੰਡੇ ਲਾਗੇ ਉਹੀ ਕਿਦੋਂ ਭਰ ਰਹੇ ਆ ਰੱਬ ਜਾਣੇ ਕਿਆ ਹੈ ਕਿਆ ਚੱਕਰ ਅਸੀਂ ਦੱਸਦੇ ਵੀ ਕਿਆ ਕਿਹਦੇ ਵਾਹ ਮਾਰਨੇ ਜਿਹੜੇ ਕਿਹਨੂੰ ਕਹੀਏ ਕਿਹਨੂੰ ਕਹੀਏ ਐਨੂੰ ਚੱਲੀ ਬਾਈ ਕਿਲੋ ਕਿਲੋਮੀਟਰ ਜਾਮ ਲੱਗ ਗਿਆ ਛੋਟੀਆਂ ਗੱਡੀਆਂ ਵਾਲੇ ਤਾਂ ਕੱਢ ਲੈ ਗਏ ਬੜੀਆਂ ਗੱਡੀਆਂ ਆਪਣੀ ਖੜੀਆਂ ਹੈ ਮੈਂ ਕਹਿੰਦਾ ਬਹੁਤ ਦੂਰ ਤੱਕ ਲੱਗ ਗਿਆ ਹੁਣ ਆ ਜਿਹੜੇ ਹਿਸਾਬ ਨਾਲ ਇੱਧਰ ਨੂੰ ਵੀ ਲੱਗਿਆ ਹੋਇਆ ਇੱਧਰ ਨੂੰ ਵੀ ਲੱਗ ਗਿਆ
ਸਾਨੂੰ ਕਿਤੇ ਸਾਨੂੰ ਮੈਂ ਕਿਹਾ ਰੋਪੜ ਤੋਂ ਆਪਣੇ ਉੱਧਰ ਸੁਰਜੀਤ ਲਾਈਟਾਂ ਲੱਗ ਕੇ ਲੱਗ ਗਿਆ ਹੋਣਾ ਹੈ। ਰੋਪੜ ਤੋਂ ਬਾਅਦ ਮਾ ਬਾਈ ਪਿੰਡ ਆ ਗਏ ਭੋਰੀ ਪ੍ਰਧਾਨ 6 ਦਿਨ ਹੋ ਗਏ ਉਹਨੂੰ ਮਿਲਿਆ ਜਾ ਕੇ ਪ੍ਰਧਾਨ ਨੂੰ ਮਿਲਿਆ ਫਿਰ ਉਹਨੇ ਆ ਜਾਣਾ ਦਿਨ 15 ਤੱਕ ਵਾਢੂਗੀ ਉਰੇ ਵਾਢੂ ਜੀ ਸਾਰੀ ਪੱਕ ਗਈ ਕਣਕਾਂ ਉਹ ਪਤਾ ਕਿਆ ਕਹਿੰਦੇ ਅਸੀਂ ਅੱਜ ਗਏ ਤੇ ਰੋਪੜ ਵੀ ਕਹਿੰਦੇ 26 ਵਾਰ ਹੋ ਜਾਣੀ ਵੀ ਹਾਈਬ੍ਰਿਡ ਨੀ ਚੱਕਣੇ ਹੈਗੇ ਕਿਸਾਨ ਕਹਿੰਦੇ ਵੀ ਪਹਿਲਾਂ ਤੁਸੀਂ ਐ ਦੱਸੋ ਵੀ ਯਾਰ 3,000 ਦੇ ਥੈਲੀਆਂ ਵਿੱਚ ਯਾਰ ਕਿੱਥੇ ਤੇ ਯਾਰ ਉਹੀ ਤਾਂ ਗੱਲ ਆ ਹਾਂ ਪਹਿਲਾਂ ਇਹਨਾਂ ਨੂੰ ਦੁਕਾਨਦਾਰਾਂ ਪਰ ਕੇਸ ਕਰਨਾ ਚਾਹੀਦਾ ਜਿਹੜੇ ਇਹਨਾਂ ਦੂਜੀਆਂ ਥੈਲੀਆਂ ਵਿੱਚ ਆ ਪਹਿਲਾਂ ਤਾਂ 3,000 ਨੂੰ ਵੇਚਤੀਆਂ ਠੀਕ ਆ ਹੁਣ ਇਹ ਕਹਿੰਦੇ ਵੀ ਅਸੀਂ ਲੈਣੀ ਨੀ ਉਹ ਚੱਕਰ ਤੇ ਵੀਰੇ ਤੇ ਹੋਰ ਫਿਰ ਸਰਪੰਚ ਸਾਈਕਲ ਪਰੇ ਫਿਰੂਗਾ ਹੁਣ ਸਰਪੰਚ ਸਾਈਕਲ ਪਰੇ ਵੋਟਾਂ ਮੰਗਣ ਆਣੀ ਪੂਰੀ ਗੱਲ ਸੁਣ ਲਾ ਧੀਰੇ ਬਾਈ ਪੂਰੀ ਨੂੰ ਸਾਈਕਲ ਭੇਜਦੇ ਤੂੰ ਮੋਟਰਸਾਈਕਲ ਤੇਰੇ ਬਰਾਬਰ ਪਹੁੰਚ ਜਾਣਾ ਰੋਪੜ ਦੱਸ ਕਿੱਥੇ ਫੈਸਲੇ ਚ ਜਾਣਾ ਜੇ ਹਾਈ ਕੋਰਟ ਮਾ ਜਾਣਾ ਪੈਗਾ ਚੰਡੀਗੜ੍ਹ ਫੇਰ ਔਖਾ ਫੇਰ ਚੱਕਾ ਖੋਲ ਸਕਦਾ ਰਸਤੇ ਚ ਫੇਰ ਰੂਟ ਜ਼ਿਆਦਾ ਲੰਬਾ ਹੋ ਜਾਣਾ ਗਰੀਸ ਕਰਾ ਲੈਣਾ ਫੇਰ ਠੀਕ ਆ ਪਹਿਲਾਂ ਉਹੀ ਕਹਿੰਦੇ ਵੀ ਘੱਟ ਟਾਈਮ ਵਾਲੀ ਫਸਲ ਲਾਓ ਹੁਣ ਚੱਕਦੇ ਕਾਹਤੇ ਨੀ ਹੈਗੇ ਬਾਈ ਪੂਰੀ ਅੱਜ ਮਾੜਾ ਜਿਹਾ ਹੱਲ ਹੋਇਆ ਨਹੀਂ ਤਾਂ ਪਹਿਲਾਂ ਕੋਈ ਵੀ ਨੀ ਚੱਕੀ ਢੇਰੀ ਉਹ ਢੇਰੀ ਪਈ ਮੰਡੀ ਆ ਮਾੜੀ ਮੋਟੀ ਇਹਨੂੰ ਪੱਖਾ ਲੱਗਿਆ ਪਿਆ ਜੇ 100 ਢੇਰੀ ਯਾਰ 5 ਢੇਰੀਆਂ ਚੱਕੀ ਨਾ ਤੇਰੇ ਰਿਸ਼ੀ ਵਾਲਾ ਚੱਲ ਪਿਆ ਕੰਮ ਉੱਥੇ ਕੰਡਾ ਚੱਲ ਪਿਆ ਹੋ ਜੂਗਾ 2 ਦਿਨ ਚ ਹੱਲ ਬਾਈ ਆਪਣੇ ਹੱਥ ਮਿਲਾਇਆ ਪੂਰੀ ਉਹ ਪੂਰੀ ਤੇਰੇ ਆੜਤੀ ਨੇ ਆਪਣੇ ਹੱਥ ਮਿਲਾਇਆ ਅੱਜ ਮੈਂ ਮੰਨ ਗਿਆ ਲੰਬੜਦਾਰ ਗਏ ਬਾਈ ਇਹਦੇ ਆੜਤੀ ਨੇ ਹੱਥ ਮਿਲਾਇਆ ਮੱਕੀ ਨੂੰ ਕਿਆ ਕਰੂਗਾ ਕੱਖ ਵੀ ਵੱਢਣੇ ਹੁੰਦੇ ਕਿਆ ਕਰੀ ਇੰਨੇ ਹੋ ਗਏ ਓਵਰ ਹੋ ਗਏ ਨਾ ਉਹਦਾ ਕੋਈ ਰੱਖਿਆ ਪਹਿਲਾਂ ਨਗਰ ਪਤਾ ਕਿੰਨੇ ਹੁੰਦੇ ਗੰਨਾ ਲਾਇਆ ਹੈਗੇ ਪਹਿਲਾਂ ਟਾਈਮ ਵੀ ਚੰਗਾ ਦਾ ਹੁਣ ਤੂੰ ਕਿਸੇ ਦੇ ਖੇਤ ਮੈਂ ਡੰਗਰ ਵਾੜ ਕੇ ਦੇਖ ਲੈ ਅਗਲਾ ਮਗਰ ਪੈ ਜਾਂਦਾ ਡੰਗਰਾਂ ਦਾ ਕਹਿੰਦਾ ਕਟਾਉਣ ਲੱਗੇ ਕਹਿੰਦਾ ਬਚਦਾ ਕੁਛ ਨੀ ਹੈਗਾ
ਦਿੱਲੀ ਬਾਈ 59 ਦਿੱਲੀ ਵੱਢ ਲਈ ਕਾਲੂ ਚੱਲੂ ਕੰਬਾਈਨ ਕਿਹੜੀ ਕੰਬਾਈਨ ਪ੍ਰੀਤ ਪੂਰੀ ਵਧੀਆ ਵੱਢਦੀ ਉਰੇ ਲੱਗੀ ਪੀਤੀ ਕਹਿੰਦਾ ਦੇਖੀ ਕਿਆ ਹੋ ਗਿਆ ਤੈਨੂੰ ਕੰਮ ਜਾਂ ਪਹਿਲਾਂ ਤੂੰ ਮਿਲ ਲੈ ਚਲੋ ਆਪਣੀ ਡੀਲ ਕਰੋ ਪਰੇ ਜਾ ਕੇ ਚੱਲ ਡੀਲ ਕਰ ਲੈ ਪੂਰੀ ਆ ਦੁਬਾਰਾ ਬੀਜੀ ਦੀ ਵਧੀਆ ਜੰਮ ਗਈ ਅੱਛਾ ਦੁਬਾਰਾ ਹੀ ਫੁੱਟੀ ਪਈ ਹੈ ਨਹੀਂ ਉਹ ਜਾਂ ਵੱਢੂ ਕਿਉਂ ਨੀ ਵੱਜੂਗੇ ₹350 ਕਿਲੋ ਆਇਆ ਬੀਜੀ ਪੂਰੀ ਇੱਕ ਜਿਹੜਾ ਤੂੰ ਕਹਿੰਦਾ ਵੀ ਅਸੀਂ ਪੁੱਛ ਕੇ ਆਏ ਤੇ ਉਹੀ ਬੀਜ ਇਹ ਮਹਿੰਗੇ ਵਾਲਾ ਬੱਕਰੀਆਂ ਰੱਖ ਲਾ ਘਰ ਨੂੰ ਲੈ ਜੇ ਘਰ ਯਾਰ ਬਥੇਰੇ ਘਰ ਤੱਕ ਕੁੱਤੀ ਸੂਈ ਆ ਕੁੱਤਾ ਚਾਹੀਦਾ ਭਾਈ ਯਾਰ ਇਹਨੂੰ ਹੱਥ ਬੰਨ ਕੇ ਬੇਚਦੇ ਜਿੰਨੇ ਪਿੰਡ ਚ ਕਤੂਰੇ ਤੁਹਾਡੇ ਫਿਰਦੇ ਹੋਏ ਪੇਟੀ ਚ ਪਾ ਕੇ ਗੱਤੇ ਨਸਲ ਕਹਿੰਦਾ ਇਹ ਰੱਖਣੀ ਹੈ ਪੂਰੀ ਇਹ ਕਹਿੰਦਾ ਜੇ ਕਿਸੇ ਕੋਲ ਪੱਗ ਕੁੱਤਾ ਹੋਇਆ ਸਾਲ ਦਾ ਤਾਂ ਜੇ ਵੇਚਣਾ ਹੋਇਆ ਫੋਨ ਮਹੀਨੇ ਦਾ ਫੋਨ ਨਹੀਂ ਤੂੰ ਕੁੱਤਾ ਕੋਈ ਕੱਦ ਬੜਾ ਰੱਖ ਕੁੱਤਾ ਬੰਦੇ ਦੀ ਰਾਖੀ ਕਰਦਾ ਤੁਸੀਂ ਆਪਣੀ ਰਾਖੀ ਕਰਨੀ ਪੈਂਦੀ ਹੈ ਗੱਲ ਤਾਂ ਸੁਣ ਲੈ ਉਲਟ ਕੁੱਤੇ ਦੀ ਰਾਖੀ ਰੱਖਣੀ ਪੈਂਦੀ ਜੀ ਕੁੱਤਾ ਮਾਲਕ ਦੀ ਰੱਖਦਾ ਕਿਹੋ ਜਿਹਾ ਕੁੱਤਾ ਰੱਖਣਾ ਇਹਨੇ ਘੰਟੇ ਕੁੱਤਾ ਛੱਡ ਜਾਣਾ ਸੀ ਲੈਬਰਾ ਨਸਲ ਪਿੱਟ ਬੋਲੋ ਜੋ ਮਰਜ਼ੀ ਪੱਗ ਕੁੱਤਾ ਰੱਖਣਾ ਪੱਗ ਬਣਾਵਾ ਜੇ ਤੈਂ ਮੋਜਾ ਉਹਦੇ ਸਾਦੇ ਵੱਢਦੇ ਨੇ ਕਹਿ ਕਹਿੰਦੇ ਉਹਨਾਂ ਨੂੰ ਪਿੱਟ ਬੋਲ ਕਹਿੰਦੇ ਹਾਂ ਆ ਕੰਨ ਆਪਣੇ ਹੁਣ ਬੜਾ ਲਿਓ ਨਾ ਨਾ ਇੱਕ ਓਏ ਇੱਕ ਨੇਤਰ ਬਾਈ ਨਾ ਰੱਖਿਆ ਉਹ ਵੀ ਖਾਸਾ ਖਤਰਨਾਕ ਜਿਹਾ ਉਹ ਤਾਂ ਲੈਣਾ ਹੈਗਾ ਰਿਸ਼ਤੇਦਾਰਾਂ ਕੋਲ ਉਹ ਨਹੀਂ ਲੈ ਆਉਣਾ ਖਤਰਨਾਕ ਦੇਖ ਲੈ ਜੇ ਚਾਹੀਦਾ ਤੈਨੂੰ ਤਾਂ ਖਰਚਾ ਕਰਨ ਦੀ ਲੋੜ ਪੂਰੀ ਕਿੰਨੇ ਘੰਟੇ ਚ ਕੁੱਤਾ ਛੱਡ ਜੂਗਾ ਘਰ 5 ਮਿੰਟ ਲਾਉਣੇ ਮੈਂ 5-6 ਹੁਣ ਸਾਡੇ ਮੈਂ ਹੁਣ ਘਰੋਂ ਲਾ ਦੂ ਰੌਣਕ ਤੂੰ ਕਿਹਦੀ ਗੱਲ ਕਰਦਾ ਫਿਰੂਗੇ ਮੰਜਾ ਥੱਲੇ ਇੱਕ ਨੂੰ ਹਾਕ ਮਾਰੇ ਕਰੀ 5 ਆਏਗਾ ਪੂਰੀ 5 ਵੋਟਾਂ ਹੋਣੀਆਂ ਨਾ ਫਿਰ ਹੋਰ ਕਿਆ ਚਾਰੇ ਪਾਵੇ ਬੰਨ ਲਈ ਮੇਰੀ ਗੱਲ ਸੁਣ ਤੇਰੇ ਕੁੱਤੇ ਨੇ ਕਿੰਨੀ ਲੱਤਾਂ ਇਹਨਾਂ ਨੇ ਕਿੰਨੀਆਂ ਪੂਛ ਇੱਕ ਇਹਨਾਂ ਨੇ ਇੱਕ ਪੂਛੇ ਬਣਾ ਲੈਣੀ ਮੁੜੀ ਵੀ ਰੱਖਣੀ ਹੋਣੀ ਹੈਗੀ ਜਿਹੜਾ ਮਿਲਣਾ ਨੀ ਹੈਗਾ ਇਹਦਾ ਕੰਮ ਫੇਲ ਹੈ ਐ ਕਰ ਤੂੰ 2 ਬੱਕਰੇ ਦਵਾ ਦਵਾਂ ਨਾਲੇ ਦੇਖੀ ਮੈਂ ਮਿੰਗਣਾ ਅੰਦਰ ਟੈਲਾ ਪਰ ਰੁੜਦੀ ਆਉਂਗੀ
ਬਾਈ ਲੱਗਦਾ ਵੀ ਦਸਤਾ ਦਸਤਾ ਰੇ ਪਾਏ ਉਹਨੇ ਹੈ ਤਾਂ ਲੱਗਦਾ ਤਾਂ ਦਸਤਾ ਇਹਨੂੰ ਨਾ ਕਬੂਤਰ ਨਾ ਨੀ ਫੜਦੇ ਨੇ ਸੱਤ ਰਾਤ ਹਨੇਰੇ ਚ ਫੜਦੇ ਨੇ ਹੈ ਸਾਡੇ ਸਾਰੇ ਕਾਲੇ ਕਾਲੇ ਕੌਣ ਤਾਂ ਨੀ ਫੜਦੇ ਤੁਹਾਡੀ ਧੀਰਾ ਬਾਈ ਕਬੂਤਰ ਰੱਖੂਗਾ ਹੁਣ ਫਿਰ ਕਿਆ ਰੱਖਣਾ ਮਰਜ਼ੀ ਬੈਂਟਰੀ ਸੁਣਤਾ ਸਹੀ ਸਿੰਨੂ ਕਾ ਲੈਂਡਰ ਕੁੱਤਾ ਰੱਖਣਾ ਰੋਟੀ ਆਸੇ ਪਾਸੇ ਵੀ ਖਾਇਆ ਕੋਈ ਚੱਕਰ ਨੀ ਆਉਣਾ ਘਰੇ ਆਉਂਦੇ ਰੋਟੀ ਨਾ ਰਾਖੀ ਪੂਰੀ ਰੱਖਦਾ ਰਾਖੀ ਉਰੇ ਪੂਰੀ ਰੱਖਦਾ ਉਹਦੇ ਦੁਕਾਨ ਮੈਂ ਦੇਖਿਆ ਉਹ ਨਾ ਨਾ ਮੈਂ ਦੇਖਿਆ ਲੰਘ ਜੀ ਮਾਰਦਾ ਕਿਆ ਬੇਇੱਜ਼ਤੀ ਜ਼ਿਆਦਾ ਹੋ ਗਈ ਕਿੰਨੇ ਦਾ ਮਿਲੂ ਕੁੱਤਾ ਜਦ ਮੈਂ 2005 ਇਹਨੇ 2015 ਚ ਲਿਆਂਦੀ ਸੀ ਨਾ ਬੜਾ ਹੋ ਗਿਆ ਝੋਟਾ ਬਣੂਗਾ ਜਿਹੜਾ ਭੂਰੀ ਨਾ ਰਿਹਾ ਉਹ ਫੁਰਤੀਲਾ ਹੈ ਸਾਰੀ ਰਾਤ ਨੀ ਖੜਦੇ ਯਾਰ ਗੇਟ ਦੇ ਸਰੀਆਂ ਵਾ ਨੂੰ ਨਿਕਲਣੇ ਨੂੰ ਆਉਂਦਾ ਇਹਨਾਂ ਦੀ ਉੱਚੀ ਛਾਲਾ ਮਾਰਦਾ ਗੇਟ ਦੇ ਸਰੀਆਂ ਵਾ ਨੂੰ ਨਿਕਲਣੇ ਨੂੰ ਆਉਂਦਾ ਜੇ ਕੋਈ ਇਧਰਲੇ ਗੇਟ ਮੂਹਰੇ ਬੈਠੇ ਗੇਟ ਤੋਂ ਥੱਲੇ ਨੂੰ ਸਰਪਾ ਮੇਰੀ ਤੁਸੀਂ ਵੀ ਤਾਂ ਰੱਖਿਆ ਬਿੰਗੀ ਚ ਪੂਛ ਵਾਲਾ ਹ